ਆ ਜਿਹੜੇ ਜਵਾਕ ਨੇ ਮੈਂ ਤੁਹਾਨੂੰ ਮਿਲਾਉਣ ਲੱਗਾ ਨਾ, ਇਹ ਜਵਾਕ ਕੋਈ ਮਾੜੀ ਮੋਟੀ ਸ਼ੈ ਨਹੀਂ ਹੈਗੀ, ਤੁਹਾਨੂੰ ਮਿਲਾਉਣਾ। ਪਹਿਲਾਂ ਪੁੱਤ ਨਾਂ ਦੱਸ ਆਪਦਾ। ਜਸ਼ਨ ਪੂਰਾ ਦੱਸ ਪੁੱਤ। ਜਸ਼ਨ ਸਿੰਘ ਵਿਦੇਸ਼ਾ। ਇਹ ਜਵਾਕ ਦੀ ਖਾਸੀਅਤ ਇਹ ਆ, ਇਹ ਜਵਾਕ ਦਾ ਜਨਮ ਜਿਹੜਾ ਪੁਰਤਗਾਲ ਦੇ ਵਿੱਚ ਹੋਇਆ ਵਾ। ਇਹਦੀ ਭੈਣ ਆ ਛੋਟੀ, ਇਹਦੇ ਮੰਮੀ ਆ ਡੈਡੀ ਆ, ਉਹ ਪੁਰਤਗਾਲ ਦੇ ਵਿੱਚ ਹੀ ਆ। ਇਹ ਮੰਮੀ ਅਤੇ ਡੈਡੀ ਨੇ ਕਦੋਂ ਆਇਆ ਸੀ ਪੁੱਤ, ਇੱਕ ਪਹਿਲੀ ਵਾਰ ਕਦੋਂ ਆਇਆ ਸੀ ਇੰਡੀਆ? ਪੰਜਾਬੀ ਪੂਰੀ ਪਿਓਰ ਨੀ ਬੋਲਦਾ, ਪਰ ਪਤਾ ਨੀ ਕੀ ਗੱਲ, ਇਹਨੂੰ ਇੱਧਰ ਆ ਕੇ ਪਿਆਰ ਹੋ ਗਿਆ, ਮਤਲਬ ਰਹਿਣ ਨੂੰ ਇਹਦਾ ਦਿਲ ਕੀਤਾ, ਤੇ ਉਧਰ ਪੱਕਾ ਹੀ ਛੱਡ ਗਿਆ। ਮੰਮੀ ਡੈਡੀ ਇਹਦੀ ਭੈਣ ਸਾਰੇ ਉੱਥੇ ਆ, ਤੇ ਇਹ ਇਕੱਲਾ ਇੱਥੇ ਆ ਗਿਆ, ਇੱਥੇ ਪੜ੍ਹਨ ਲੱਗ ਗਿਆ। ਦੱਸ ਕਦੋਂ ਆਇਆ ਛੱਡ ਕੇ? ਮਾਮੀ ਕਹਿੰਦੀ ਮੇਰੀ ਵੀਡੀਓ ਜਰੂਰ ਪਾਈ, ਨਾਲ ਮੇਰੇ ਪੁੱਤਾਂ ਨੂੰ ਜਰੂਰ ਭੇਜੀ, ਹੈ ਨਾ ਮਾਮੀ? ਮਾਮੀ ਨੂੰ ਪਛਾਣ ਲਓ, ਜਿੰਨੇ ਵੀ ਰਿਸ਼ਤੇਦਾਰ ਇਹਨਾਂ ਦੇ ਹੈਗੇ ਆ। ਮਾਮੀ ਨੂੰ ਫੋਨ ਲਾ ਕੇ ਦੱਸਿਓ ਵੀ ਤੇਰੀ ਵੀਡੀਓ ਵੇਖੀ ਸੀ। ਮਾਮੀ ਦੱਸ, ਕਿਹੜੀ ਕਿਹੜੀ ਕੰਟਰੀ ਆ ਮਾਮੀ, ਇਹ ਵੀ ਦੱਸ ਦੇ। ਲਓ ਜੀ ਆਪਾਂ ਪਹੁੰਚ ਗਏ ਆ। ਜਿਵੇਂ ਤੈਨੂੰ ਇੱਥੇ ਦੋਸਤ ਮਿਲਦੇ ਖੇਡਣ ਨੂੰ, ਤੈਨੂੰ ਉੱਥੇ ਨੀ ਮਿਲਦੇ ਸੀਗੇ? ਕਿਉਂ, ਉੱਥੇ ਉੱਥੇ ਕੀ ਕਰਦੇ ਜਦੋਂ ਤੂੰ ਪੁੱਛਦੇ ਕਿਸੇ ਨੂੰ ਖੇਡਣ ਨੂੰ ਕੀ ਕਹਿੰਦੇ ਹੁੰਦੇ? ਇਹ ਜਵਾਕ ਆ ਨਾ, ਮੈਨੂੰ ਇਹ ਚੀਜ਼ ਬਹੁਤ ਪਸੰਦ ਲੱਗੀ। ਮੈਂ ਵੀਡੀਓ ਵੀ ਹਾਰ ਕੇ ਬਹੁਤ ਬਣਾਈ ਆ ਰੀਲ ਤੇ, ਤੁਸੀਂ ਦੇਖੀ ਆਉਣੀ ਆ। ਪਰ ਇਹ ਮਤਲਬ ਉਧਰਲਾ ਸਾਰਾ ਕਲਚਰ ਛੱਡ ਕੇ, ਹਨਾ, ਪਤਾ ਹੀ ਨੀ ਕੀ ਗੱਲ, ਇਹਦਾ ਇਕੱਲੇ ਦਾ ਉੱਥੇ ਜੀ ਨਹੀਂ ਲੱਗਾ। ਇਹ ਇੱਕ ਵਾਰੀ ਇੱਧਰ ਮੰਮੀ ਡੈਡੀ ਨਾਲ ਆਪਣੇ ਨਾਲ ਆਇਆ, ਉਸ ਤੋਂ ਬਾਅਦ ਪੱਕਾ ਹੀ ਉਹਦੇ ਮੰਮੀ ਡੈਡੀ ਨੂੰ ਕਹਿੰਦਾ, ਕਹਿੰਦਾ ਮੈਂ ਨਹੀਂ ਉੱਧਰ ਜਾਣਾ ਗਾ, ਮੈਨੂੰ ਤਾਂ ਉੱਧਰ ਹਟਾ ਕੇ ਬਸ ਇੱਥੇ ਲਾ ਦੇ। ਅਤੇ ਹੁਣ ਇਹ ਆਪਦੀ ਦਾਦੀ ਨਾਲ ਇਕੱਲਾ ਇੱਥੇ ਰਹਿੰਦਾ ਵਾ, ਅਤੇ ਸਕੂਲ ਇੱਥੇ ਲੱਗਾ ਹੋਇਆ ਵਾ। ਕਿਹੜਾ ਸਕੂਲ 'ਚ ਪੜ੍ਹਦਾ ਪੁੱਤ? ਯੂਕੇ ਇੰਟਰਨੈਸ਼ਨਲ ਸਕੂਲ ਮੋਗਾ। ਮੋਗਾ ਕਿ ਧਰਮਕੋਟ? ਦੁਬਾਰਾ ਬੋਲ ਕੇ ਦੱਸ। ਯੂਕੇ ਇੰਟਰਨੈਸ਼ਨਲ ਸਕੂਲ ਧਰਮਕੋਟ, ਉੱਥੇ ਪੜ੍ਹਦਾ ਵਾ। ਅਤੇ ਯਾਰ ਜਦੋਂ ਇਹ ਬੋਲਦਾ ਨਾ, ਇੰਨਾ ਕੁ ਸੋਹਣਾ ਲੱਗਦਾ ਨਾ, ਇੰਨਾ ਕੁ ਕਿਊਟ ਲੱਗਦਾ, ਸਾਨੂੰ ਹਾਸਾ ਵੀ ਬਹੁਤ ਹੁੰਦਾ ਜੀ, ਕਿਉਂਕਿ ਇਹ ਤਾਂ ਬੋਲੀ ਨਹੀਂ ਨਾ ਜਾਂਦੀ, ਪਿਓਰ ਪੰਜਾਬੀ ਬੋਲੀ ਨਹੀਂ ਜਾਂਦੀ, ਵਿੱਚ ਵਿੱਚ ਅੜ ਕੇ ਜੇ ਬੋਲਦਾ। ਲੈ ਮਾਤਾ ਆਈ ਆ ਜੀ ਮੋਟਰਸਾਈਕਲ, ਤੁਸੀਂ ਇਹਨੂੰ ਗੱਡੀ 'ਤੇ ਲੈ ਜਾਣਾ ਸੀ। ਬਹਿ ਮਾਤਾ, ਸਾਡੀ ਗੱਡੀ 'ਚ ਬਹਿ ਜਾ, ਤੂੰ ਤੈਨੂੰ ਤਾਰ ਦਾਂਗੇ ਘਰ ਕੋਲ। ਬਹਿ ਜਾਓ, ਇਹ ਖੁੰਡੀ ਮੈਨੂੰ ਫੜਾ ਦੋ, ਲਿਆ ਮੈਂ ਕਰਾ ਦੇਣਾ। ਮੈਂ ਇੱਥੇ ਰੱਖ ਲਓਗੇ? ਚਲੋ ਇੱਥੇ ਰੱਖ ਲਓ, ਬਹਿ ਜਾਓ। ਇਹ ਮਾਤਾ ਜਿਹੜੀ ਮੋਟਰਸਾਈਕਲ 'ਤੇ ਆਈ ਸੀ, ਮੈਂ ਕਿਹਾ ਚਲ ਡਿੱਗ ਡੁੱਗ ਨਾ ਪਵੇ ਰਸਤੇ 'ਚ, ਰਸਤਾ ਛੋਟਾ ਥੋੜ੍ਹਾ ਜਿਹਾ। ਮੈਂ ਇੰਡੀਆ ਨੂੰ ਜਾਣਾ ਕਹਿੰਦਾ ਜਨਮ ਵੀ ਲਿਆ ਨਾਲੇ ਉੱਥੇ ਤੇ ਸਾਡੇ ਕੇ ਸਭ ਕੁਛ ਇੱਥੇ ਆ ਗਿਆ ਹਨਾ ਜਿਹੜੇ ਮੰਮੀ ਡੈਡੀ ਨੂੰ ਛੱਡ ਕਹਿੰਦਾ ਤੁਸੀਂ ਇੱਥੇ ਕਰੋ ਕੰਮ ਤੇ ਇੱਧਰ ਗੁੱਲੀ ਡੰਡਾ ਖੇਡਣਗੇ ਕਹਿੰਦਾ ਇੱਥੇ ਯਾਰ ਗੁੱਲੀ ਡੰਡਾ 'ਤੇ ਮਾਮੀ ਨੂੰ ਤਾਂ ਕਿੰਨਾ ਕਰਦਾ ਫਿਰ? ਮਾਮੀ ਜਿਵੇਂ ਤੇਰੇ ਕੋਲ ਇਹ ਰਿਹਾ ਵਾ ਹਨਾ, ਤੈਨੂੰ ਤੰਗ ਵੀ ਕਰਦਾ? ਜੀ ਲਾ ਲਿਆ ਉਹਦੇ ਮੰਮੀ ਡੈਡੀ ਤੋਂ ਬਣਾ, ਪੂਰਾ ਦਿਲ ਲੱਗਾ ਮਾਮੀ ਕਹਿੰਦੀ, ਤੇ ਭੋਰਾ ਵੀ ਤੰਗ ਨੀ ਕਰ। ਤਾਈ ਜਿਹੜੀ ਸਾਡੀ, ਇਹ ਵਿਚਾਰੀ ਆਈ ਤਾਂ ਮੋਟਰਸਾਈਕਲ ਤੇ ਸੀਗੀ, ਤੇ ਤਾਈ ਵਿਚਾਰੀ ਸਾਡੀ ਆਈ ਤਾਂ ਮੋਟਰਸਾਈਕਲ ਤੇ ਸੀਗੀ, ਪਰ ਮੈਂ ਕਿਹਾ ਵੀ ਰਾਹ ਪੀੜਾ ਵਾ ਹਨਾ, ਇੱਕ ਜਵਾਕ ਵਿਚਾਰਾ ਅਣਜਾਣ ਸੀ ਮੋਟਰਸਾਈਕਲ ਵੱਲੋਂ, ਤੇ ਮੈਂ ਕਿਹਾ ਤੂੰ ਕੋਈ ਨਾ, ਤੂੰ ਸਾਡੇ ਨਾਲ ਗੱਡੀ ਤੇ ਚੱਲੀ, ਤੈਨੂੰ ਗੱਡੀ ਤੇ ਛੱਡਿਆ ਉਹਨੇ ਘਰੇ। ਲਓ ਵੀ ਹੈਗਾ ਤਾਈ ਦਾ ਘਰ, ਤਾਈ ਨੂੰ ਹੁਣ ਆਪਾਂ ਉਤਾਰ ਦੇਣਾ। ਲਓ ਜੀ ਤਾਰਾਂ ਤਾਈ ਜੀ, ਕਿ ਇੱਕ ਮਿੰਟ ਲਓ ਜੀ, ਕੋਈ ਗੱਲ ਮਾਮੀ, ਜਦੋਂ ਇਹ ਨਾ ਉਧਰੋਂ ਛੱਡ ਕੇ ਆਇਆ ਜਹਾਜ ਜਾ ਆਪਣਾ ਜਸ਼ਨ ਹੈ ਨਾ, ਜਦੋਂ ਇਹਨੇ ਤੈਨੂੰ ਕਿਹਾ ਵੀ ਮੈਂ ਤਾਂ ਉੱਥੇ ਪੜ੍ਹਨਾ ਪੰਜਾਬ 'ਚ ਪੜ੍ਹਨਾ ਵਾ ਹਨਾ, ਫਿਰ ਤੂੰ ਇਹਨੂੰ ਰੋਕਿਆ ਵੀ ਪੁੱਤ ਇੱਥੇ ਫਾਇਦਾ ਨੀ ਕੋਈ,
ਨਹੀਂ ਨਹੀਂ ਅੱਜ ਕੱਲ ਦਾ ਜਿਵੇਂ ਆਪਾਂ ਕਹਿੰਦੇ ਮਾਂ ਪਿਓ ਕਹਿੰਦੇ ਵੀ ਇੱਥੇ ਕੁਛ ਨੀਗਾ ਗਰੀਬਾਂ ਦੀ ਗਲੀ ਤੇ ਆ ਹੈਗਾ ਗਰੀਬਾਂ ਦੀ ਕੁੱਲੀ ਆ ਜਿਹੜੀ ਤੇ ਹੁਣ ਇੱਥੇ ਆਪਾਂ ਉਤਾਰ ਦੇਣਾ ਇਹਨਾਂ ਨੂੰ ਚਲੋ ਜੀ ਪੁਰਤਗਾਲ ਵਾਲਿਓ ਤੁਹਾਡਾ ਹੀ ਘਰ ਆ ਤੇਰੀ ਬੋਲੀ ਯਾਰ ਬਾਹਲੀ ਸੋਹਣੀ ਲੱਗਦੀ ਬਣਾ ਆਏ ਮਿੱਠੇ ਬਾਹਲੀ ਸੋਹਣੀ ਲੱਗਦੀ ਬਾਹਮੀ ਬੋਲੀ ਲਓ ਜੀ ਅਨਲੋਕ ਕਰਤੀ ਗੱਡੀ ਕਰਤੀ ਜੀ ਕੇ ਨਾਲ ਚੱਲਣਾ ਮੇਰੇ ਆ ਜਾ ਚੱਲ ਕੇ ਮੁੰਡਿਆਂ ਵਾਂ ਆ ਜਾ ਮੁੰਡਿਆਂ ਵਾਂ ਮੋਕੇ ਚੱਲਿਆ ਮਾਮੀ ਜਾਣਾ ਟਿਊਸ਼ਨ ਤੇ ਮੈਂ ਫੌਜੀ ਬਾਈ ਨੇ ਜਾਣਾ ਮੇਰੇ ਨਾਲ ਉਹਨਾਂ ਨੇ ਇੱਕ ਬਣਾਈ ਸੀ ਡਰਾਇੰਗ ਜੀ ਕੁੜੀ ਤੋਂ ਉਹ ਫੜ ਕੇ ਨਾਲ ਫੌਜੀ ਨੇ ਵੀ ਜਾਣਾ ਨਾਲ ਉਹਨਾਂ ਦੇ ਜਵਾਕ ਦੋ ਆ ਜਾ ਬਹਿ ਜਾ ਬਹਿ ਜਾ ਆਏ ਹਾਏ ਬਹਿ ਗਿਆ ਵੀ ਬਹਿ ਗਿਆ ਕੋਈ ਨਾ ਟੈਨਸ਼ਨ ਲੈ ਲਈ ਮਾਮੀ ਹਾਂ ਹਾਂ ਕੋਈ ਨਾ ਚੰਗਾ ਲਓ ਜੀ ਤੇ ਹੁਣ ਆਪਾਂ ਚੱਲੇ ਹਾਂ ਬਾਈ ਫੌਜੀ ਨੂੰ ਲਾਉਂਦੇ ਫੋਨ ਚੱਲ ਕੇ ਤੇ ਫਿਰ ਉਹਨੂੰ ਸੱਦਦੇ ਹਾਂ ਬਾਹਰ ਹੁਣ ਅਸੀਂ ਇੱਕ ਬਣਵਾਇਆ ਸੀਗਾ ਫੋਟੋਆਂ ਬਣਵਾਈਆਂ ਸੀ ਭੈਣ ਤੋਂ ਸੋ ਉਹ ਅਸੀਂ ਫੜਨ ਚੱਲਿਆ ਮੋਗੇ ਤੁਹਾਨੂੰ ਕੁੜੀ ਦੀ ਕਲਾਕਾਰੀ ਦਿਖਾਵਾਂਗੇ ਤੇ ਇੰਨੀ ਕੁ ਸੋਹਣੀ ਯਾਰ ਨਾ ਵੀ ਪੈਨਸਲ ਦੇ ਨਾਲ ਉਹਨੇ ਕਲਾਕਾਰੀ ਕੀਤੀ ਸਾਰੀ ਤੇ ਤੁਸੀਂ ਵੇਖ ਕੇ ਯਾਰ ਮਨ ਜੋਗੇ ਨਾ ਤੁਹਾਨੂੰ ਫੋਟੋਆਂ ਵਿਖਾਵਾਂਗੇ ਪਹਿਲਾਂ ਤੇ ਤੁਸੀਂ ਮਨ ਜੋਗੇ ਹਰਸਿਮਰਨ ਆ ਭੈਣ ਦਾ ਨਾ ਮੋਗੇ ਦੀ ਰਹਿਣ ਵਾਲੀ ਆ ਸੋ ਅਸੀਂ ਫੋਟੋਆਂ ਫੜਨ ਚੱਲੇ ਹਾਂ ਪੈਨਸਲ ਨਾਲ ਬਣਵਾਈਆਂ ਵਾ ਤੇ ਤੁਹਾਨੂੰ ਦਿਖਾਉਂਦੇ ਉਹਦੀ ਕਲਾਕਾਰੀ ਹੁਣ ਅਸੀਂ ਰਾਹ ਜਾਂਦੇ ਹਾਂ ਕੀ ਵੇਖਿਆ ਵੀ ਲੋਕ ਨਾ ਦਾਰੂ ਪੀ ਕੇ ਰਾਹ ਤੇ ਡਿੱਗੇ ਪਏ ਸੜਕਾਂ ਦੇ ਰੋਡ ਤੇ ਹਾਈਵੇ ਤੇ ਆ ਜਿਹੜੇ ਤੇ ਅਸੀਂ ਤੁਰੇ ਜਾਂਦੇ ਹਾਂ ਤੇ ਇਹ ਬਈ ਦਾਰੂ ਯਾਰ ਦੁਸ਼ਹਿਰੇ ਵਾਲੇ ਦਾ ਨਹੀਂ ਕਿਉਂ ਮਤਲਬ ਤਿਉਹਾਰ ਵਾਲੇ ਦਾ ਨਹੀਂ ਲੋਕ ਇੰਨੇ ਕਦੋਂ ਪੀ ਲੈਂਦੇ ਆ ਬਈ ਆਪਦੇ ਫਨ ਸ਼ਨ ਨੂੰ ਪੀਂਦੇ ਆ ਬਈ ਅੱਜ ਤਿਉਹਾਰ ਅੱਜ ਪੀਏ ਵੱਧ ਥੋੜੀ ਚਲੋ ਠੀਕ ਆ ਨਾ ਬਈ ਇਹ ਵੀ ਮੰਨ ਲੈਨੇ ਵੀ ਚਲੋ ਤਿਉਹਾਰ ਅੱਜ ਚਲ ਠੀਕ ਆ ਮੰਨ ਲੈਨੇ ਵੀ ਦੀਵਾਲੀ ਵੇਲੇ ਵੀ ਲੋਕ ਪੀਂਦੇ ਆ ਰੱਖੜੀ ਵਾਲੇ ਦਿਨ ਵੀ ਪੀਂਦੇ ਆ ਦੁਸ਼ਹਿਰੇ ਦੇ ਵੀ ਚਲ ਪੀ ਲਈ ਪਰ ਐਡਾ ਕੀ ਯਾਰ ਪਹਾੜ ਢਹਿ ਗਿਆ ਵੀ ਤੁਸੀਂ ਇਹਨੂੰ ਹੀ ਪੀ ਲਓ ਹਨਾ ਤਿਉਹਾਰ ਵਾਲੇ ਦਿਨ ਵੀ ਰੋਡ ਤੇ ਡਿੱਗ ਪੋ ਥੋੜੇ ਯਾਰ ਧੀ ਬਹੁਤ ਤੁਹਾਨੂੰ ਘਰੇ ਡੀਕਦੇ ਆ ਠੀਕ ਆ ਨਾ ਹੁਣ ਜਦੋਂ ਘਰੇ ਜਾਓਗੇ ਤੁਹਾਨੂੰ ਕੱਲ੍ਹ ਹੁਣ ਤੁਹਾਡਾ ਕੋਈ ਨੁਕਸਾਨ ਹੋ ਜਾਂਦਾ ਤੇ ਤੁਹਾਡੇ ਧੀ ਪੁੱਤ ਕੀ ਸੋਚਣਗੇ ਹਨਾ ਕੀ ਬਣੂ ਉਹਨਾਂ ਦਾ ਵਿਚਾਰਾਂ ਦਾ ਉਹਨਾਂ ਦਾ ਕੌਣ ਸੋਚੂ ਠੀਕ ਹੈ ਨਾ ਤੁਹਾਡੇ ਘਰ ਵਾਲੇ ਡੀਕਦੀ ਆ ਤੁਹਾਡੇ ਬੱਚੇ ਨਿੱਕੇ ਨਿੱਕੇ ਡੀਕਦੇ ਤੁਹਾਡੀ ਮਾਂ ਡੀਕਦੀ ਆ ਤੁਸੀਂ ਦਾਰੂ ਪੀ ਕੇ ਪਤੰਦਰ ਰਾਹ 'ਚ ਪਏ ਆ ਮਾੜੀ ਗੱਲ ਤੁਹਾਡੇ ਵਾਸਤੇ ਥੋੜਾ ਧਿਆਨ ਰੱਖਿਆ ਕਰੋ ਪੀਓ ਜ਼ਰੂਰ ਪੀਣ ਤੋਂ ਨਹੀਂ ਅਸੀਂ ਰੋਕ ਸਕਦੇ ਕਿਸੇ ਨੂੰ ਵੀ ਪਰ ਥੋੜੀ ਲਿਮਿਟ 'ਚ ਘਰੇ ਜਾ ਵੜੋ ਘਰੇ ਜਾ ਕੇ ਬੈੱਡ ਤੇ ਪੈ ਜਾਓ ਫਿਰ ਜਿੰਨੀ ਮਰਜ਼ੀ ਪੀ ਲਓ ਠੀਕ ਹੈ ਨਾ ਪਰ ਘਰੇ ਤਾਂ ਹੈਗੇ ਨਾ ਤੁਸੀਂ ਜੇ ਦਾਰੂ ਪੀ ਵੀ ਲਓਗੇ ਤੇ ਇੱਥੇ ਤੁਸੀਂ ਰਾਸਤੇ 'ਚ ਪੀ ਲੈਂਦੇ ਆਪਣੇ ਯਾਰਾਂ ਦੋਸਤਾਂ ਪਿੱਛੇ ਲੱਗ ਕੇ ਮੁੜ ਕਦੇ ਰਾਹ 'ਚ ਡਿੱਗ ਪੈਂਦੇ ਆ ਤੁਹਾਨੂੰ ਕੋਈ ਘੱਲੇ ਲਿਆਉਣ ਵਾਲਾ ਵੀ ਨਹੀਂ ਮਿਲਦਾ ਤੁਹਾਨੂੰ ਸੱਟ ਕੇ ਵੀ ਹੋਈ ਜਾਂਦੇ ਜਿਹੜੇ ਤੁਹਾਨੂੰ ਪਿਆਉਂਦੇ ਆ ਸੋ ਥੋੜਾ ਧਿਆਨ ਆ ਮੇਰਾ ਭਰਾ ਮੋਗੇ ਆਪਾਂ ਪਹੁੰਚ ਗਏ ਆ ਸੋ ਹਰਸਿਮਰਨ ਭੈਣ ਦੇ ਕੋਲੇ ਚੱਲੇ ਘਰੇ ਭੈਣ ਦੇ ਘਰੇ ਆਪਾਂ ਆ ਗਏ ਆ ਸੋ ਜਿਨ੍ਹਾਂ ਨੇ ਫੋਟੋਆਂ ਬਣਾ ਕੇ ਦਿੱਤੀਆਂ ਵਾ ਤੇ ਤੁਹਾਨੂੰ ਦਿਖਾਉਂਦੇ ਫੋਟੋਆਂ ਵੀ ਘਰ ਆ ਹਨਾ ਕਾਲੀ ਗੇਟਾਂ ਦਾ ਸਾਨੂੰ ਸੰਗ ਵੀ ਲੱਗਦੀ ਬਲੌਗ ਬਣਾਉਣ ਤੋਂ ਥੋੜ੍ਹੀ ਆ ਚੱਲੀਏ ਜਿਹੜੇ ਭੈਣ ਭਰਾ ਸੱਜਣ ਸਾਡੇ ਬਾਹਰ ਬੈਠੇ ਆ ਸਾਡੇ ਪਿੰਡ ਦੇ ਖਾਸ ਕਰਕੇ ਤੇ ਆਹ ਪਿੰਡ ਦਾ ਮਾਹੌਲ ਵੇਖ ਲਓ ਦੁਸ਼ਹਿਰੇ ਵਾਲੇ ਦਿਨ ਹਨਾ ਵਿਚਾਰਿਆਂ ਨੂੰ ਕੋਈ ਦਿਖਾਉਣ ਵਾਲਾ ਨਹੀਂ ਹੁੰਦਾ ਪਰ ਮੇਰੇ ਨਾਲ ਕਾਫੀ ਭੈਣ ਭਰਾ ਜੁੜੇ ਆ ਜਿਹੜੇ ਵਿਚਾਰੇ ਬਾਹਰਲੇ ਸੋ ਪਿੰਡ ਦੇ ਆਪਾਂ ਮਾਹੌਲ ਤੁਹਾਨੂੰ ਦਿਖਾਉਣ ਲੱਗੇ ਹਾਂ ਆਹ ਦੇਖ ਲਓ ਸਾਡੇ ਏਰੀਏ ਦਾ ਨਾ ਇਹ ਮਾਹੌਲ ਆ ਇਹ ਇੱਥੇ ਆਪਣਾ ਹਾਈ ਸਕੂਲ ਆ ਜਾਂਦਾ ਅਤੇ ਇਹ ਲਾਗੇ ਦਾ ਮਾਹੌਲ ਆ ਇੱਥੇ ਮਠਿਆਈ ਦੀਆਂ ਦੁਕਾਨਾਂ ਦਕੂਨਾਂ ਵਾ ਅਤੇ ਹੁਣ ਆਪਾਂ ਘਰੇ ਚੱਲੇ ਹਾਂ ਘਰੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਫੋਟੋਆਂ ਆਹ ਦੇਖ ਸਿੱਧੂ ਮੂਸੇ ਵਾਲਾ ਸੋ ਹੁਣ ਆਪਾਂ ਘਰੇ ਚੱਲੀਏ ਘਰੇ ਪਹਿਲਾਂ ਗੱਡੀ ਲੱਗੀ ਆ ਅੰਦਰ ਗੱਡੀ ਅੰਦਰ ਲਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕੀ ਦਿਖਾਉਂਦੇ ਜਸ਼ਨ ਫੋਟੋ ਜਿਹਦੀ ਮੋਢੇ ਉੱਤੇ ਤਾਉਣ ਚੱਲ ਪਾਸੇ ਹੋ ਨਾ ਹੋਵੇ ਅਸੀਂ ਗਿਰਨ ਨਾ ਹੋਵੇ ਨਾ ਹੋਵੇ ਘਰੇ ਅਸੀਂ ਕੀ ਕਰੀਏ ਕਿੱਧਰ ਗਏ ਗਰਲੀਨ ਕੀ ਕਿੱਥੇ ਗਏ ਦੀਵਾ ਲਾਉਣ ਗਏ ਚੱਲ ਲਿਆ ਵੀ ਫੋਟੋਆਂ ਦਿਖਾਈਏ ਤੈਨੂੰ ਚੱਲ ਪਹਿਲਾਂ ਗਰਲੀਨ ਦਿਖਾ ਦਈਏ ਆਪਾਂ ਚੱਲ ਗਰਲੀਨ ਫੋਟੋਆਂ ਦਿਖਾਈਏ ਪਹਿਲਾਂ ਇਹ ਸਾਡੀ ਕੁੜੀ ਗਰਲੀਨ ਸੱਚੀ ਸੱਚੀ ਦੱਸਣਾ ਮੈਂ ਕਿਹਾ ਇੱਥੇ ਬਹਿ ਪਹਿਲਾਂ ਬਹਿ ਇੱਧਰ ਆ ਇੱਧਰ ਲੈਟ ਦੇ ਵਿੱਚ ਆ ਥੋੜ੍ਹਾ ਇੱਧਰਲੇ ਪਾਸੇ ਹੁਣ ਆਪਾਂ ਗਰਲੀਨ ਨੂੰ ਦਿਖਾਉਂਦੇ ਹਾਂ ਗਰਲੀਮ ਆ ਕਿ ਗਰਲੀਨ ਗੁਰਲੀਮ ਆ ਮੈਂ ਤਾਂ ਗਲਤ ਨਾਂ ਲਿਆ ਜਾਂਦਾ ਦਿਖਾ ਵੀ ਪਹਿਲਾਂ ਫੋਟੋ ਗੁਰਲੀਮ ਗੁਰਲੀਮ ਦੇਖ ਕੇ ਦੱਸ ਕੇ ਵੇ ਕੀ ਨਾਮ ਇਹਦਾ ਕੀ ਆ ਨਾਇਆ ਨਾ ਬਹੁਤ ਸੋਹਣਾ ਵੇਖੋ ਕਿੰਨੀ ਸੋਹਣੀ ਫੋਟੋ ਬਣਾਈ ਸਾਡੀ ਭੈਣ ਹਰਸਿਮਰਨ ਨੇ ਜੇ ਤੁਸੀਂ ਵੀ ਬਣਵਾਉਣੀ ਆ ਤਾਂ ਤੁਸੀਂ ਨੰਬਰ ਮੈਂ ਪਾ ਦੂੰਗਾ ਤੁਸੀਂ ਕੰਟੈਕਟ ਕਰ ਲਿਓ ਇੱਧਰ ਆ ਵੀ ਜੇ ਸੋਹਣੀ ਆ ਨਾ
ਆ ਫੋਟੋ ਮੈਨੂੰ ਸਾਰਿਆਂ ਤੋਂ ਵੱਧ ਵਧੀਆ ਲੱਗੀ। ਆਹ ਫੋਟੋ ਮੈਨੂੰ ਸਾਰਿਆਂ ਤੋਂ ਸੋਹਣੀ ਲੱਗੀ। ਤੇ ਉਹਦਾ ਨਾਂ ਕੀ ਆ? ਇਹਦਾ ਨੀ ਪਤਾ। ਚੱਲ ਕੋਈ ਨਾ, ਸੋਹਣੀ ਆ ਨਾ ਫੋਟੋ। ਹੁਣ ਤੂੰ ਆ ਦੱਸ, ਸੋਹਣੀ ਆ? ਇਹਨਾਂ ਚ ਸਾਰਾ ਤਿੰਨਾਂ ਚ ਕਿਹੜੀ ਵੱਧ ਸੋਹਣੀ ਲੱਗੀ ਤੈਨੂੰ? ਹਾਂ ਆਹ ਸੋਹਣੀ ਲੱਗੀ ਮੈਨੂੰ ਵੀ, ਬੜੀ ਸੋਹਣੀ ਲੱਗੀ। ਕਿੱਥੇ ਰਹਿੰਦੇ ਤੈਨੂੰ ਪਤਾ? ਇੰਗਲੈਂਡ ਚ ਸੀਗੇ ਪਹਿਲਾਂ, ਹੁਣ ਕੈਨੇਡਾ ਚ। ਤੇ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਦੇ ਵਿਚਾਲੇ, ਬਾਰਡਰ ਦੇ ਵਿਚਾਲੇ ਰਹਿੰਦੇ। ਠੀਕ ਆ। ਤੇ ਹੁਣ ਆਪਾਂ ਨੰਬਰ ਵੀ ਪਾਵਾਂਗੇ ਤੁਸੀਂ ਜੇ ਬਣਵਾਉਣੀਆਂ ਹੁਣ, ਤੇ ਭੈਣ ਤੋਂ ਬਣਵਾ ਸਕਦੇ ਹਾਂ। ਸੋ ਇਹਦੇ ਮੰਮੀ ਡੈਡੀ ਨੂੰ ਉਡੀਕਦੇ ਹਾਂ, ਉਹਨਾਂ ਨੂੰ ਵੀ ਆਪਾਂ ਦਿਖਾਉਣੀਆਂ ਪਹਿਲਾਂ। ਠੀਕ ਆ। ਕੈਮਰਾ ਦੇਖੋ ਬਾਈ, ਸਾਡੇ ਫੌਜੀ ਨੇ ਕਿੰਨਾ ਘੈਂਟ ਬਣਾਇਆ। ਇਹ ਸਾਡਾ ਬਾਈ ਫੌਜੀ ਹੈ, ਦੇਖ ਲਓ। ਕੀ ਨਾਮ ਬਾਈ ਦਾ? ਇਹ ਗੁਰਪ੍ਰੀਤ ਸਿੰਘ ਹੈ। ਗੁਰਪ੍ਰੀਤ ਸਿੰਘ ਨਾਲ ਬਹੁਤ ਘੈਂਟ ਕਮਰਾ ਬਣਾਇਆ, ਦੇਖੋ ਵਾਲਪੇਪਰ ਲੱਗ ਗਏ। ਵਧੀਆ ਵਧੀਆ। ਹਾਂਜੀ ਸੋਹਣੀ ਆ ਆ ਕੁੜੀ ਦੀ ਦਾਦਾ ਸੋਹਣੀ ਆ ਵਰਸੇ ਹਾਂ ਬਹੁਤ ਸੋਹਣੀ ਆ ਮੈਨੂੰ ਤਿੰਨ ਹੈ ਤਿੰਨੇ ਸੋਹਣੇ ਆ ਪਰ ਆਹ ਜ਼ਿਆਦਾ ਵਧੀਆ ਘੈਂਟ ਬਣੀ ਆ ਨਾ ਫੋਟੋ ਕੱਪੜੇ ਸੋਹਣੇ ਪਾਏ ਸੀ ਨਾ ਤਾਂ ਕਰਕੇ ਬਣਾਈ ਵੀ ਦਾਦਾ ਪਸੰਦ ਆ ਤੈਨੂੰ ਹਾਂ ਬਹੁਤ ਚਿੱਟੀ ਮੰਮੀ ਆ ਪਾਕੀ ਜੱਟ ਲੋ ਬਹੁਤ ਸੋਹਣਾ ਤੇਰੀ ਵੀ ਬਣਵਾ ਦਈਏ ਕਹਿ ਕੇ ਹੀ ਹੱਸਦੀ ਵੇਖ ਕੇ ਸੋਹਣੀ ਆ ਚੱਲ ਫੜਾ ਦੇ ਸਾਡੇ ਲਈ ਥੈਂਕ ਯੂ, ਸਾਡੇ ਲਈ ਟਾਈਮ ਕੱਢਿਆ ਤੇ ਬਹੁਤ ਘੈਂਟ ਬਣਾਈਆਂ ਫੋਟੋਆਂ। ਤੇ ਤੁਸੀਂ ਵੀ ਜੇ ਬਣਵਾਉਣੀਆਂ ਚਾਹੁੰਦੇ ਆ ਤਾਂ ਉੱਥੇ ਮੈਂ ਕੰਟੈਕਟ ਨੰਬਰ ਪਾ ਦੂੰਗਾ ਭੈਣ ਦਾ, ਤੇ ਤੁਸੀਂ ਕੰਟੈਕਟ ਕਰ ਲਿਓ ਉਹਨਾਂ ਨਾਲ। ਹੁਣ ਸਾਡੇ ਫੌਜੀ ਸਾਹਿਬ ਜੀ ਦੇਖ ਰਹੇ ਨੇ, ਕਹਿੰਦੇ ਦੱਸੀ ਬਾਈ ਚੰਗਾ ਵੇਖ ਕੇ ਕਿਹੜੀ ਤਾਂ ਵਧੀਆ ਲੱਗੀ। ਕੋਈ ਨਾ ਕੋਈ ਨਾ, ਉਗੱਤੇ ਤਾਂ ਹੀ ਪਾਏ ਨਾ ਵਿੱਚ, ਦੇਖ ਬਾਈ ਫਿਰ ਤਿੰਨੇ ਵੇਖ ਲੈ ਇੱਕ ਵਾਰੀ। ਫੋਟੋਆਂ ਤਿੰਨੇ ਸੋਹਣੀਆਂ ਵਾ, ਜ਼ਿਆਦਾ ਜਾਣੀ ਕਿ ਇਹਦੀ ਜਾਣੀ ਆ ਕਲੈਰਿਟੀ ਵਾਲੀ ਆ, ਇਹਦੇ ਕੱਪੜੇ ਬਾਈ ਵਧੀਆ ਪਾਏ ਨਾ, ਬਾਕੀ ਆਹ ਵਾਲ ਬਹੁਤ ਸੋਹਣੇ ਦੇ ਰੱਖੇ ਇਹਨਗੇ ਛੋਟੇ ਛੋਟੇ। ਬਾਕੀ ਇੱਥੇ ਇਹਦੇ ਬਾਂਹ ਸੀਗੀ, ਇਹ ਬਾਂਹ ਨੂੰ ਕੱਟ ਕੇ ਬੜਾ ਡਿਜ਼ਾਇਨ ਬਣਾਇਆ। ਕਰਿਆ ਨੀ ਸਰ? ਹਾਂਜੀ ਹੁਣ ਫੇਰ ਜਲੇਬੀਆਂ ਖਾ ਲਈਆਂ ਜਾ ਕੇ ਤੂੰ, ਹੁਣ ਨਹੀਂ ਜਲੇਬੀਆਂ ਖਾਣੇ, ਮਿੱਠਾ ਛੱਡਿਆ ਹੋਇਆ। ਚਲੋ ਕੋਈ ਨਾ, ਖਾ ਦੀਆਂ ਬਾਈ ਜਲੇਬੀਆਂ ਆਪਣੀਆਂ, ਖਾ ਲਿਓ ਜਲੇਬੀਆਂ। ਮੈਂ ਕਿੰਨੇ ਰੁਪਏ ਕਿਲੋ ਵੀਰੇ ਪਕੌੜੇ? ਮੈਂ ਫੇਸਬੁੱਕ ਤੇ ਵੀਡੀਓ ਪਾ ਲਈ, ਮੇਰੇ ਲਈ ਕਿੰਨੇ ਨੇ? ਮੈਂ ਕਿਹਾ ਮੇਰੇ ਲਈ ਕਿੰਨਾ? ਨਹੀਂ ਹਾਦਾ ਬਾਈ ਹਾਦਾ ਪਾ ਦੋ ਪਾ ਦੋ। ਨਹੀਂ ਨਹੀਂ ਪੂਰੇ ਦੇਵਾਂਗੇ ਯਾਰ, ਪੈਸੇ ਮਾੜੇ ਮੋਟੇ ਪਾ ਦਿਓ। ਗੋਭੀ ਵਾਲੇ ਪਕੌੜੇ ਆਪਾਂ ਕਰਾ ਲਏ ਆ, ਤੇ ਜਲੇਬੀਆਂ ਆਪਣੀਆਂ ਤਿਆਰ ਹੋ ਜਾਂਦੀਆਂ ਉਧਰ ਕਿਲੋ। ਕਿੰਨੇ ਪੈਸੇ ਵੀਰੇ ਪਕੌੜੇ? ਕਿੰਨੇ ਪੈਸੇ? ਲਾਓ ਲਾਓ ਸਾਹਿਬ 150। ਹਾਂਜੀ 300 ਹੋ ਗਿਆ ਇਹ। ਹਾਂਜੀ ਤੇ ਧੱਕ ਦੋ ਪਕੌੜੇ। ਕਿੰਨੇ ਦੇ ਇਹ? ਬਾ ਆ ਗਿਆ, ਇੱਕ ਮਿੰਟ ਗੱਡੀ 'ਚ ਪੈਸੇ ਪੈ ਲੈ ਕੇ ਦੇਣਾ। ਓਕੇ ਆ ਲਓ ਵੀਰੇ ਪੈਸੇ। ਠੀਕ ਹੈ ਜੀ, ਧੰਨਵਾਦ ਵੀਰੇ, ਬਹੁਤ ਬਹੁਤ। ਲਓ ਜੀ ਹੁਣ ਹਨੇਰਾ ਹੋ ਗਿਆ ਤੇ ਬਲੌਗ ਦੀ ਸਾਡਾ ਉਮੀਦ ਆ ਤੁਹਾਨੂੰ ਮੇਰਾ ਬਲੌਗ ਜਿਹੜਾ ਪੂਰਾ ਵਧੀਆ ਲੱਗਾ ਹੋਊਗਾ, ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਥੈਂਕ ਯੂ ਸੋ ਮੱਚ, ਕਮੈਂਟ ਜ਼ਰੂਰ ਕਰਿਓ ਆਪਣਾ।